ਸਤਿ ਸ਼੍ਰੀ ਅਕਾਲ ਦੋਸਤੋ। ਸਬੱਬ ਮੀਡੀਆ ਦੇ ਪ੍ਰੋਗਰਾਮ ਗੁਸਤਾਖੀ ਮਾਫ ਦੇ ਵਿੱਚ ਇੱਕ ਵਾਰ ਫਿਰ ਤੁਹਾਡੇ ਨਾਲ ਹਾਂ। ਮੈਂ ਅਵਤਾਰ ਨਕਲੇ ਹਾਂ ਅਤੇ ਹੋਰ ਨਵੇਂ ਵਿਸ਼ੇ 'ਤੇ ਤੁਹਾਡੇ ਨਾਲ ਸਾਂਝ ਪਾਉਣੀ ਹੈ। ਜਿਵੇਂ ਕਿ ਅੱਜ ਕੱਲ੍ਹ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਅਤੇ ਵਿਆਹ ਪੂਰੇ ਜ਼ੋਰਾਂ 'ਤੇ ਨੇ ਪੰਜਾਬ ਦੇ ਵਿੱਚ, ਪਰ ਆਉਣ ਵਾਲੇ ਦਿਨਾਂ 'ਚ ਵਿਆਹ ਘੱਟ ਜਾਣਗੇ ਜਾਂ ਨਾ ਮਾਤਰ ਹੋ ਜਾਣਗੇ, ਕਿਉਂਕਿ ਸ਼ਹੀਦੀ ਦਿਨ ਆਉਣੇ ਨੇ। ਸਾਰੇ ਪੰਜਾਬ ਦੇ ਵਿੱਚ ਵਿਆਹ ਇਸ ਕਰਕੇ ਫਿਰ ਘੱਟ ਹੋ ਜਾਂਦੇ ਨੇ। ਅਤੇ ਅੱਜ ਮੇਰਾ ਜੋ ਵਿਸ਼ਾ ਹੈ, ਅੱਜ ਗੁਸਤਾਖੀ ਮਾਫ ਦੇ ਰਾਹੀਂ ਗੱਲ ਕਰਨ ਦਾ ਮੇਰਾ ਜੋ ਮਕਸਦ ਹੈ ਉਹ ਵਿਆਹਾਂ ਬਾਰੇ ਹੈ। ਤੁਸੀਂ ਸਾਰਿਆਂ ਨੇ ਪਿਛਲੇ ਦਿਨਾਂ 'ਚ ਬੜਾ ਆਨੰਦ ਮਾਣਿਆ ਹੋਣਾ ਵਿਆਹਾਂ ਦੇ ਵਿੱਚ, ਅਤੇ ਆਉਂਦੀਆਂ ਤਬਦੀਲੀਆਂ ਵੀ ਤੁਸੀਂ ਜ਼ਰੂਰ ਦੇਖੀਆਂ ਹੋਣੀਆਂ। ਉਮਰ ਦੇ ਲਿਹਾਜ਼ ਨਾਲ ਗੱਲ ਕਰਨਾ ਤਾਂ ਮੈਨੂੰ ਬਹੁਤ ਜ਼ਿਆਦਾ ਪਿੱਛੇ ਜ਼ਿਆਦਾ ਨਹੀਂ ਪਤਾ, ਪਰ ਜਿੰਨੀ ਕੁ ਜਾਣਕਾਰੀ ਹੈ ਵੀ ਪਹਿਲਾਂ ਵਿਆਹ ਕਈ ਕਈ ਦਿਨਾਂ ਦੇ, ਹਫ਼ਤਿਆਂ ਦੇ, ਕਈ ਕਈ ਦਿਨਾਂ ਦੇ ਵਿਆਹ ਹੁੰਦੇ ਸਨ, ਅਤੇ ਅੱਜ ਵਿਆਹ ਸਿਰਫ ਕੁਝ ਘੰਟਿਆਂ ਦੇ ਰਹਿ ਗਏ ਨੇ। ਜਿਸ ਹਿਸਾਬ ਦੇ ਨਾਲ ਸਾਡਾ ਸਮਾਜ ਤਰੱਕੀ ਕਰਦਾ ਜਾ ਰਿਹਾ, ਉਸ ਹਿਸਾਬ ਦੇ ਨਾਲ ਤਾਂ ਵਿਆਹ ਫਿਰ ਕੁਝ ਮਿੰਟਾਂ ਦੇ ਹੀ ਰਹਿ ਜਾਣਗੇ। ਮੈਂ ਤਬਦੀਲੀ ਦੀ ਗੱਲ ਕਰਦਾ ਸੀ। ਅਲੱਗ ਅਲੱਗ ਮਨੋਰੰਜਨ ਦੇ ਸਾਧਨ ਨੇ, ਵਿਆਹ ਕਰਨ ਦੇ ਅਲੱਗ ਅਲੱਗ ਢੰਗ ਨੇ। ਸਮੇਂ ਦੇ ਅਨੁਸਾਰ ਵਿਆਹਾਂ ਦੇ ਵਿੱਚ ਤਬਦੀਲੀ ਆਈ ਹੈ। ਮਕਸਦ ਸਾਰਿਆਂ ਦਾ ਉਹੀ ਸੀ, ਜੀਵਨ ਸਾਥੀ ਲਿਆਉਣਾ, ਪਰ ਉਹ ਜੀਵਨ ਸਾਥੀ ਨੂੰ ਲਿਆਉਣ ਵਾਸਤੇ ਮਨੋਰੰਜਨ ਦੇ ਸਾਧਨ ਅਲੱਗ ਅਲੱਗ ਸਨ, ਜਾਣ ਆਉਣ ਦੇ ਢੰਗ ਤਰੀਕੇ ਅਲੱਗ ਸਨ, ਸਮੇਂ ਦੇ ਅਨੁਸਾਰ ਸਹੂਲਤਾਂ ਸਨ। ਪਰ ਅੱਜ ਜਿਵੇਂ ਅਸੀਂ ਕਹਿੰਦੇ ਹਾਂ ਕਿ ਅਸੀਂ ਚੰਦ 'ਤੇ ਪਹੁੰਚ ਗਏ ਹਾਂ, ਪਰ ਅਸੀਂ ਜੋ ਰੀਤੀ ਰਿਵਾਜ਼ ਨੇ ਅਸੀਂ ਪੁਰਾਣੇ ਦੇ ਅਨੁਸਾਰ ਹੀ ਚੱਲ ਰਹੇ ਹਾਂ। ਜੇਕਰ ਜ਼ਿਆਦਾ ਨਹੀਂ ਥੋੜ੍ਹੇ ਸਮੇਂ ਦੀ ਗੱਲ ਕਰੀਏ ਤਾਂ ਸ਼ੁਰੂ ਦੇ ਵਿੱਚ ਬਰਾਤਾਂ ਕਈ ਕਈ ਦਿਨ ਰਹਿੰਦੀਆਂ ਸਨ, ਅਤੇ ਉਹਨਾਂ ਦੇ ਮਨੋਰੰਜਨ ਦੇ ਲਈ ਕੁ ਨਕਲ ਜਿਹੇ ਹੁੰਦੇ ਸੀ, ਭੰਡ ਜਿਨ੍ਹਾਂ ਨੂੰ ਕਹਿੰਦੇ ਹਾਂ, ਉਹ ਤੁਹਾਡਾ ਮਨੋਰੰਜਨ ਕਰਨ ਦੇ ਲਈ ਸਨ। ਉਸ ਦੇ ਨਾਲ ਨਾਲ ਬੀਨ ਬਾਜਾ, ਅਤੇ ਹੌਲੀ ਹੌਲੀ ਜਿਵੇਂ ਸਮਾਜ ਤਰੱਕੀ ਦੇ ਵੱਲ ਵੱਧਦਾ ਗਿਆ ਉਵੇਂ ਉਵੇਂ ਸਾਧਨ ਵੀ ਬਦਲਦੇ ਗਏ ਨੇ। ਬੀਨ ਬਾਜੇ ਤੋਂ ਬਾਅਦ ਪਿੱਤਰੀਏ ਬਾਜਾ ਆਇਆ, ਬੈਂਡ ਬਾਜਾ, ਬਰਾਸ ਬੈਂਡ, ਅਤੇ ਉਸ ਤੋਂ ਬਾਅਦ ਫੌਜੀ ਬੈਂਡ, ਅਤੇ ਨਾਲ ਹੀ ਮਹਿੰਗੇ ਮਹਿੰਗੇ ਕਲਾਕਾਰ ਵਿਆਹਾਂ ਦੇ ਵਿੱਚ ਜੋ ਲੱਖਾਂ ਰੁਪਇਆ ਲੈ ਕੇ ਵਿਆਹਾਂ ਦੀਆਂ ਸਟੇਜਾਂ ਲਾਉਂਦੇ ਸਨ, ਅਤੇ ਲੋਕ ਖੂਬ ਮਸਤੀ ਕਰਦੇ ਸਨ, ਅਤੇ ਉਹਦੇ ਨਾਲ ਨਾਲ ਮਲਵਈ ਗਿੱਧਾ, ਅੱਜ ਦਾ ਜੋ ਮੇਨ ਰੁਝਾਨ ਹੈ ਮਲਵਈ ਗਿੱਧਾ। ਅਤੇ ਹੁਣ ਬੇਸ਼ੱਕ ਬਹੁਤ ਵਿਆਹਾਂ ਦੇ ਵਿੱਚ ਜ਼ਿਆਦਾ ਸਿੰਗਰਾਂ ਨੂੰ ਨਹੀਂ ਬੁਲਾਇਆ ਜਾਂਦਾ, ਉਹ ਜਿਹੜੇ ਭੰਗੜਾ ਗਰੁੱਪ ਨੇ, ਡੀਜ਼ੇ ਗਰੁੱਪ ਨੇ, ਉਹਨਾਂ ਦੇ ਨਾਲ ਹੀ ਸਾਰਿਆ ਜਾਂਦਾ। ਅਤੇ ਦੋਸਤੋ, ਇੱਕ ਅੱਜ ਹੋਰ ਨਵਾਂ ਰਿਵਾਜ਼, ਜਿਹੜਾ ਨਵਾਂ ਰਿਵਾਜ਼ ਸ਼ੁਰੂ ਹੋ ਗਿਆ, ਉਹ ਇਹ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਹੁਣ ਜਿਵੇਂ ਅੱਜ ਦਾ ਵਿਆਹ ਹੈ, 2 ਦਿਨ ਦਾ ਵਿਆਹ ਸਾਡੇ ਹੁੰਦਾ, ਜਿਵੇਂ ਇੱਕ ਦਿਨ ਮੇਲ ਹੋ ਗਿਆ, ਬ੍ਰਹਮ ਭੋਜ ਹੋ ਗਿਆ, ਪਾਠ ਵਗੈਰਾ ਘਰੇ ਹੋ ਗਿਆ, ਅਤੇ ਦੂਜੇ ਦਿਨ ਦੀ ਬਰਾਤ। ਪਰ ਹੁਣ ਪਿਛਲੇ ਕਈ ਵਿਆਹਾਂ 'ਚ ਦੇਖਿਆ, ਖਾਸ ਕਰਕੇ ਲੜਕੀਆਂ ਦੇ ਵਿਆਹਾਂ ਦੇ ਵਿੱਚ, ਕਿ ਹੁਣ 2 ਦਿਨ ਦਾ ਵਿਆਹ ਤਾਂ ਜ਼ਰੂਰ ਹੁੰਦਾ, ਪਰ ਹੁਣ ਅਗਲੇ ਦਿਨ ਬ੍ਰੇਕ ਪਾਈ ਜਾਂਦੀ ਹੈ। ਜਾਣੀ ਮੰਨ ਲਵੋ ਅੱਜ 14 ਤਰੀਕ ਹੈ, ਤਾਂ 14 ਤਰੀਕ ਨੂੰ ਜੇ ਮੇਲ ਹੈ ਤਾਂ 15 ਤਰੀਕ ਦੀ ਬਰਾਤ ਹੁੰਦੀ ਸੀ, ਪਰ ਦੋਸਤੋ 15 ਤਰੀਕ ਨੂੰ ਹੁਣ ਬ੍ਰੇਕ ਪਾਈ ਜਾਂਦੀ, ਹੁਣ ਬਰਾਤ 16 ਤਰੀਕ ਦੀ ਹੁੰਦੀ ਹੈ। 14 ਨੂੰ ਘਰੇ ਪ੍ਰੋਗਰਾਮ ਰੱਖ ਲਿਆ, 15 ਦੀ ਬ੍ਰੇਕ, ਅਤੇ 16 ਤਰੀਕ ਦੀ ਬਰਾਤ। ਇਹ ਹੁਣ ਨਵਾਂ ਰੁਝਾਨ ਇਹ ਦੇਖਣ ਨੂੰ ਮਿਲਿਆ। ਅਤੇ ਜਦੋਂ ਕਿਸੇ ਦੇ ਨਾਲ ਗੱਲ ਹੋਈ ਹੈ, ਕਈਆਂ ਨੂੰ ਪੁੱਛਿਆ ਕਿ ਬ੍ਰੇਕ ਪਾਉਣ ਦਾ ਕੀ ਕਾਰਨ ਹੈ, ਤਾਂ ਉਹਨੇ ਦੱਸਿਆ ਕਿ ਥਕਾਵਟ ਹੈ, ਜੋ ਥੱਕੇ ਹਾਰੇ ਹੁੰਦੇ ਹਾਂ ਜਾਂ ਕੋਈ ਕੰਮ ਰਹਿੰਦਾ ਅਧੂਰਾ, ਉਹਨੂੰ ਪੂਰਾ ਕਰ ਲੈਂਦੇ ਹਾਂ। ਜਾਂ ਕਈ ਵਾਰੀ ਸਾਡੀ ਪੰਜਾਬੀਆਂ ਦੀ ਫਿਤਰਤ ਹੈ ਕਿ ਦਾਰੂ ਪਿਆਲਾ ਜ਼ਿਆਦਾ ਹੋ ਜਾਂਦਾ, ਉਹਨੂੰ ਵੀ ਸੈੱਟ ਕਰਨ ਦੇ ਲਈ ਬ੍ਰੇਕ ਪਾਈ ਜਾਂਦੀ ਹੈ। ਅਤੇ ਮੈਂ ਵਿਆਹਾਂ ਦੀ ਗੱਲ ਕਰ ਰਿਹਾ ਕਿ ਪਿਛਲੇ ਵਿਆਹਾਂ ਦੇ ਵਿੱਚ ਔਰ ਅੱਜ ਦੇ ਵਿਆਹਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉਹਨਾਂ ਸਮਿਆਂ ਦੇ ਵਿੱਚ ਵਿਆਹ ਲੰਮੇ ਹੁੰਦੇ ਸਨ, ਕਈ ਕਈ ਦਿਨਾਂ ਦੇ ਵਿਆਹ ਹੁੰਦੇ ਸੀ, ਅੱਜ ਵਿਆਹ ਘੰਟਿਆਂ ਦੇ ਰਹਿ ਗਏ,
पर मित्रों खर्चा लखां करोड़ां दे विच हो गया। असी इन्ने ज़्यादा असी खर्च करते हैं, कुछ घंटिया दे विच असी लखां करोड़ां रुपया उड़ा दिंदे हैं। मैं कोई सुझाव नहीं देना जिवें अज दे टाइम दे विच सोशल मीडिया ते फेसबुकां ते जां होर बहुत सज्जे खब्बे करके विद्वान बैठे ने, मैं कोई सुझाव नहीं देना चाहुंदा, मैं कोई तुहानू सलाह नहीं देनी चाहुंदा। मैं सिर्फ अपने चैनल दे राहीं और इस प्रोग्राम गुस्ताखी माफ दे राहीं सिर्फ इन्नी की गुस्ताखी करनी है कि मित्रों महंगाई बहुत वधी हुई है ते दिन पर दिन वध भी रही है। हालात पहला ही बहुत चंगे नहीं हैं। बेनती ही करनी है कि विहां दे विच जो नजायज़ खर्चे ने, जो फालतू दे खर्चे ने, उन्हां नूं घटाया जा सकदा। मकसद साडा विआह दे राहीं सिर्फ 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 जीवन साथी लिआउणा है। जीवन साथी नूं लिआउण वास्ते असी लखां करोड़ां रुपये असी बर्बाद करदे हां, अन्न की बर्बादी करदे हां, किन्ने हादसे हुंदे ने। ते मुंडे वाले बेशक तकड़े होण पर कुड़ी वालियां नूं भी उवें दे तकड़े होके विआह करना पैंदा। पिछले दिनां च बहुत बहुत विआहां च जाण दा मौका मिलिया ते देखिया भी किवें घंटियां दे विच लखां करोड़ां रुपये लोग उड़ा दिंदे ने। बेशक उन्हां दा पैसा है, उन्हां दीआं खुशियां ने, पर दोस्तों सच जाणियो इन्हां पैसों दे नाल किसे होर दा परिवार पालिया जा सकता, किसी का घर बनाया जा सकता, किसी बच्ची नूं पढ़ाया जा सकता, किसी धी भैण का विआह किया जा सकता। गुस्ताखी माफ, मैं कोई सुझाव नहीं देने चाहुंदा, मैं सिर्फ बेनती करनी है कि ठीक है रीति रिवाज बदलते हैं, ढंग तरीके बदलते हैं, इंजॉय करने मजे करने अलग अलग ढंग तरीके ने, वो जिवें दे भी होण, पर दोस्तों इन्हां वल जरूर ध्यान दिओ कि बहुत नजायज़ खर्चे हुंदे ने। कुड़ी वालियां लई खास करके बहुत औखा, जो अपनी धी नूं पालदा 25-30 साल पालदा, फिर उन्हूं पढ़ाउंदा, फिर उन्ना ही खर्च उहदे विआह ते भी हुंदा। कई वार तां रिश्ते टुट जांदे ने, वरातां मुड़ जांदियां ने दहेज दे पिछे, ते उन्हां बुद्धिजीवियां नूं भी ते जिहड़े जागरूक लोक ने जो अक्सर विद्वान बनते हैं सोशल मीडिया से, उन्होंने भी बेनती है कि दहाज दहेज जो जो माड़िया अलामतां ने, ठीक है नशे विरुद्ध बहुत बोलते हो समाज के होर बहुत माड़िया अलामतां ने उन्होंने विरुद्ध बोलते हो, पर दोस्तों दहेज के विरुद्ध भी जरूर बोलिया करो। विआहां ते हुंदा खर्चा बहुत औखा लगता, जो बंदा एक बार विआह करदे लखां रुपया ला के विआह करदा फिर कई साल सैट नहीं हुंदा। ते विद्वानों इहदे दाज दहेज बारे भी जरूर बोलिया करो, हो सकता अज दी गुस्ताखी माफ सुन के कईआं नूं तकलीफ जरूर होवे। दोस्तों माफ़ करना, तुहाडे जरूर किसी दे गिट्टे गोडे लगदी तां माफ़ करना, पर एक बेनती जरूर करदे आ कि विआहां दे विच नजायज़ खर्चे ते दाज दहेज दी जिहड़ी माड़ी अलामत है इह तों छुटकारा पा लईए। नशिआं वांग जां होर मारू बीमारी दे वांग दाज भी बहुत भैड़ी बीमारी है। दोस्तों एक बार कोई बहुत औखा होकर तुहानूं दाज दहेज दे देगा, पर बाद दे विच उहनूं बहुत तरह दीआं प्रॉब्लम आउंदीआं। असीं भी सारे परिवार वाले हैं ते तुसीं भी भली भांत जाणदे हो कि दहेज दे बारे कोई भी नहीं बोलदा ते दहेज लैण देण दे चक्कर दे विच किन्ना नुकसान हो जांदा। ते जेकर किसी परिवार की आपस दे विच नहीं बणदी तां कल नूं टुट्टण दे लई जदों रिश्ता तोड़ना हुंदा उदों भी दहेज नूं ढाल बनाया जांदा। ते अक्सर मुंडे वालियां ते यही इल्जाम लगदे ने कि ये दहेज मंगदे ने। ते दोस्तों साडे परिवार टुट्टण तों बचण, असीं नजायज़ खर्चिआं तों छुटकारा पा लईए ते कल नूं किसे नूं नजायज़ सज़ा ना होवे। देखिआ अक्सर कि कई वारी दहेज दाज दहेज दे पिछे कुड़ियां मर जांदियां ने ते परिवारां दे परिवार बन्ने जांदे ने। सो दोस्तों परिवार उजड़ तों बचाउण दे लई दहेज नूं ही आपां अपने तों दूर कर लईए, दहेज की गंदी बीमारी तो आपां छुटकारा पा लईए। तो अज की गुस्ताखी दे लई इन्ना ही। जेकर मेरा प्रोग्राम यह थोनों चंगा लगता तो अगे जरूर शेयर जरूर कर दौ, तो इस बाबत अपने कीमती सुझाव भी जरूर दौ। अज दे लई इन्ना ही, धन्यवाद।